ਜੀ 304 ਚੱਕ ਆ ਰਿਹਾ ਮਲਕ ਆਵਾਜ਼ ਸੀ ਫਤਿਹਪੁਰ ਰੋਡ ਜੀ ਬੁਰੇ ਹਾਲਾਤ ਆਵਾਮ ਦੇ ਵੀ ਬੁਰੇ ਹਾਲਾਤ ਰੋਡ ਨੂੰ 2 ਸਾਲ ਹੋ ਗਏ ਇਸ ਰੋਡ ਨੂੰ 2 ਸਾਲ ਹੋ ਗਏ ਅਜੇ ਤੱਕ ਬਣਿਆ ਹੀ ਨਹੀਂ ਇਮਰਾਨ ਖਾਨ ਦੀ ਹਕੂਮਤ 'ਚ ਰੋਡ ਦੇ ਨਾਲ ਤਿਆਰ ਹੋਣ ਲੱਗਾ ਸੀ ਜੋ ਵਾਲੀ ਸਾਈਡ ਦੇ ਪੂਰਾ ਤਿਆਰ ਹੋ ਗਿਆ ਅਤੇ ਇਸ ਸਾਈਡ ਦਾ ਤਿਆਰ ਨਹੀਂ ਹੋਇਆ ਆਮ ਰੋਲ ਗਈ ਚਲੋ ਕੋਈ ਖੜਾ ਕੁਝ ਨਹੀਂ ਕਰੂ ਆਮ ਰੋਲ ਗਈ ਇੰਨੇ ਟੋਟੇ ਹਕੂਮਤ ਨੂੰ ਪੁੱਛਣ ਵਾਲਾ ਕੋਈ ਹੈ ਨਹੀਂ ਇਸ ਰੋਡ ਦਾ ਬਹੁਤ ਬੁਰਾ ਹਾਲਾਤ ਹੈ ਜਨਾਬ ਲੋਕ ਬਹੁਤ ਤੰਗ ਨੇ ਗੱਡੀਆਂ ਵਾਲੇ ਵਿਚਾਰੇ ਬਹੁਤ ਤੰਗ ਨੇ ਕਦੀ ਨਾ ਕਦੀ ਕੋਈ ਹਿੱਸਾ ਟੁੱਟਿਆ ਹੁੰਦਾ ਕਿਸੇ ਗੱਡੀ ਦਾ ਕਿਸੇ ਦਾ ਟਾਇਰ ਫਟਿਆ ਹੁੰਦਾ ਕਦੀ ਕਦੀ ਤਾਂ ਵੇਖਿਆ ਕਿ ਆਪਣੇ ਹੱਥਾਂ ਨਾਲ ਰੋੜੇ ਚੁੱਕਦੇ ਵੇਖੇ ਟਾਇਰਾਂ ਦੇ ਅੱਗੇ
ਵਾਲੇ ਮੋਟਰਸਾਈਕਲ ਵਾਲੇ ਬਾਜ਼ਗਾਤ ਗੱਡੀਆਂ ਵਾਲੇ ਲੰਘਣ ਲੱਗ ਪਏ, ਇਹਨੇ ਰਾਹ ਬੰਦ ਕਰ ਦਿੱਤਾ। ਮੈਂ ਅੱਜ ਟੂਲ ਪਲਾਜ਼ਾ ਆ ਗਿਆ, ਹੋਰ ਕਦੇ ਨਾਲ ਬਣਿਆ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਜਨਾਬ। ਆਪਣੇ ਲੋਕ ਇੱਥੇ ਹੱਥ ਜੋੜ ਕੇ ਮੰਗਦੇ ਵੇਖੀਆਂ ਬੀਬੀਆਂ, ਦੇਖ ਸਕਦੇ ਤੁਸੀਂ ਚਾਰ ਔਰਤਾਂ ਇਸ ਰੋਡ 'ਤੇ ਖਲੋਤੀਆਂ ਹੋਈਆਂ। ਤਿਆਰ ਕਰ ਲਿਆ ਜਨਾਬ, ਮੈਂ ਰੋਡ ਤੋਂ ਇਸ ਸਾਈਡ ਨੂੰ ਬਹੁਤ ਬੁਰੇ ਹਾਲਾਤ ਨੇ ਇਸ ਰੋਡ ਦੇ। ਵੱਡੀ ਗੱਡੀ ਵਾਲਿਆਂ ਦੀ ਚਲੋ ਮਜ਼ਬੂਰੀ, ਛੋਟੀਆਂ ਵਾਲੇ ਤੇ ਵਿਚਾਰੇ ਹੁੰਦੀ ਹੋ ਕੇ ਜਾ ਰਹੇ। ਅਪੀਲ ਹੈ ਹਕੂਮਤ ਅੱਗੇ ਕਿ ਰੋਡ ਜਲਦ ਤੋਂ ਜਲਦ ਬਣਾਇਆ ਜਾਏ। ਤਿੰਨ ਕੁ ਚਾਰ ਕਿਲੋਮੀਟਰ ਦਾ ਜੀ ਟੋਟਾ ਹੈ, ਬਹੁਤ ਜ਼ਿਆਦਾ ਖਰਾਬ ਹੈ। ਅੱਗੇ ਤਾਂ ਚਲੋ ਆਉਂਦੇ ਸੀ, ਦੋ ਦਿਨ ਸੜਕ ਬਣਾ ਲੈਂਦੇ ਸੀ, ਮਹੀਨਾ ਗਾਇਬ ਹੋ ਜਾਂਦਾ ਸੀ। ਹੁਣ ਤਾਂ ਤਸੱਲੀ ਵੀ ਨਹੀਂ ਰਹੀ, ਮਸ਼ੀਨਾਂ ਵੀ ਲੈ ਗਏ ਨੇ, ਹਰ ਸ਼ੈ ਲੈ ਗਏ, ਵੱਡੀਆਂ ਘਰ ਤੇ ਬਚੜਾ ਘਰ। ਇਹ ਹਾਲਾਤ ਬਣੇ ਨੇ ਜਨਾਬ ਜੀ, ਆ ਰੋਡ ਦੇਖ ਤੁਸੀਂ, ਗੱਡੀਆਂ ਵਾਲੇ ਵਿਚਾਰੇ ਕਿਵੇਂ ਗੁਜ਼ਰਨ। ਪਰ ਇੱਕ ਅੱਛਾ ਰਾਸਤਾ ਤਿਆਰ ਕਰ ਲਿਆ, ਜੰਗਲ ਦੇ ਵਿੱਚੋਂ ਵੀ ਲੋਕ ਗੁਜ਼ਰਦੇ, ਬੱਚੇ ਆ ਰਹੇ, ਮੋਟਰਸਾਈਕਲ ਆ ਰਹੇ। ਮਜ਼ਬੂਰੀ ਦਾ ਨਾਂ ਸ਼ੁਕਰੀਆ ਜੀ, ਗੱਡੀ ਵਾਲਾ ਆ ਰਿਹਾ ਦੇਖ ਲਿਆ।
اپنا شادی حال ایک ہی ماہ گزر رہی ہے. منگ رہی ہیں کچا روڈ تیار کر لے شادی آ گیا دس لہر آ گئی یہ دس لہر آ گئی جناب لوگ بہت دوسری سائڈ بھی چلے منڈی فتح پور کی ان راستے جاتے گلا منڈی فتح پور فتح پور کے دور چ داخل ہونے والے ہیں جی
ਰਹੀ ਪੁਲਿਸ ਦੀ ਕਿਆ ਬਾਤ ਅਤੇ ਆਪਣਾ ਫਤਿਹਪੁਰ ਦਾ ਥਾਣਾ ਆ ਗਿਆ ਸਰਕਾਰੀ ਅਦਾਰਾ ਸ਼ਹਿਰ ਫਤਿਹਪੁਰ ਫਤਿਹਪੁਰ 'ਚ ਵੜ ਗਏ ਆ ਜੀ ਕਹਿੰਦੇ ਵਾਰ ਲੰਘਦੇ ਟੱਪਦੇ ਹੁੰਦੇ ਨੇ ਕੋਈ ਪਤਾ ਨਹੀਂ ਕਿੱਧਰ ਜਾਣਾ ਗੋਲ ਚੌਂਕ ਕਰੋੜ ਆ ਗਿਆ ਜੀ ਕਰੋੜ ਰੋਡ ਦਾ ਆਪਾਂ ਜਾ ਰਹੇ ਅੱਲਾ ਖੈਰ ਕਰੇ ਕਰੋੜ ਨੂੰ ਹਦੀਸ ਦਾ ਨਾਂ ਜਨਾਬ ਮਾਸ਼ਾਅੱਲਾ ਸੋਹਣਾ ਬਣਿਆ ਦਰਵਾਜ਼ਾ ਫਤਿਹਪੁਰ ਸ਼ਹਿਰ ਕਰੋੜ ਰੋਡ ਕਰੋੜ ਨੂੰ ਆਪਾਂ ਜਾ ਰਹੇ ਹਾਂ ਆਪਣਾ ਅੱਲਾ ਖੈਰ ਕਰੇ ਰਾਸ਼ੀ ਬੋਲ ਲੈਂਦੇ ਹੁੰਦੇ ਸ਼ਹਿਰਾਂ ਦੀ ਸਮਝ ਹੁੰਦੀ ਹੈ ਪੰਪ ਆ ਗਿਆ ਜਨਾਬ ਪੀ ਐੱਸ ਓ ਪੈਟਰੋਲ ਇਹਨਾਂ ਦਾ ਵੀ ਬੜਾ ਗੰਦਾ ਹੈ ਕੋਈ ਸਾਫ਼ ਸੁਥਰਾ ਮਾਹੌਲ ਨਹੀਂ ਹੁੰਦਾ ਦਾ ਸਤਾਰ ਪੰਪ ਦੇ ਨਾਲ ਬਿਲਕੁਲ ਨਿਊ ਬਣਿਆ ਜਨਾਬ ਸਾਡੀ ਬੈਂਕ
ਸ਼ਹਿਰ ਦੇ ਵਿੱਚ ਵੀ ਰੋਡਾਂ ਦਾ ਹਾਲ ਆ ਚੱਕ ਗੱਲੇ ਵਾਲਾ ਆ ਗਿਆ ਜੀ। ਮੌਸਮ ਸਾਫ ਹੈ, ਰਾਤ ਦੀ ਸੂਰਤ ਹਾਲ ਖਰਾਬ ਜਾ ਰਹੀ ਸੀ, ਬੱਦਲ ਬਹੁਤ ਹੋਇਆ ਸੀ ਅਤੇ ਕਣੀਆਂ ਵੀ ਡਿੱਗ ਰਹੀਆਂ ਜੀ ਮਾੜੀ ਜਿਹੀਆਂ। ਅੱਲਾਹ ਤਾਲਾ ਨੇ ਰਹਿਮ ਫਰਮਾਇਆ ਇਸ ਆਵਾਮ 'ਤੇ, ਆਵਾਮ ਵੀ ਗੁਨਾਹ ਕਰਦੀ ਹਾਲ ਦੇਸ਼ ਨਾਲ ਚੱਲ ਰਹੀ ਹੈ, ਅੱਲਾਹ ਖੈਰ ਕਰੇ। ਮੈਂ ਗਾਜ਼ੀਆਬਾਦ ਦੀ ਬਾਰਿਸ਼ ਨਹੀਂ ਬਾਰਿਸ਼ ਨਹੀਂ ਹੋਈ, ਪਠਾਨਕੋਟ ਆ ਗਿਆ ਜੀ।
ਸਾਨੂੰ ਲੱਗਦਾ ਸਾਨੂੰ ਇੱਕ ਮੈਗ ਦੀ ਜ਼ਰੂਰਤ ਹੈ, ਲੇਕਿਨ ਵੱਡੀ ਨਹੀਂ ਹੈ ਸ਼ਾਰਟ ਹੈ। ਮਸਜਿਦ ਬਣੀ ਹੈ, ਟ੍ਰੇਨਿੰਗ ਦੀ ਦੁਕਾਨ ਬਣੀ ਹੈ, ਤਿੰਨ ਚਾਰ ਬਣੀਆਂ ਮਾਸ਼ਾਅੱਲਾ ਇਕੱਠੇ ਹੀ ਰਹਿੰਦੇ ਨੇ। ਅੱਲਾਹ ਤਾਲਾ ਤੁਹਾਨੂੰ ਦੱਸ ਦਿੰਦੀ ਆ, ਬਹੁਤ ਗਰੀਬ ਹੈ ਕਿ ਜ਼ਿਮੀਂਦਾਰਾਂ ਦੇ ਹਾਲਾਤ ਬਹੁਤ ਖਰਾਬ ਆ। ਕਹਿੰਦੇ ਸਾਡੇ ਖਰਚੇ ਨਹੀਂ ਪੂਰੇ ਹੋਏ, ਵੱਡੀ ਨਹਿਰ ਆ ਗਈ ਉੱਥੇ ਗੌਤਮ ਟੋਲ ਰੋਡ ਜਾਂਦੇ 112 ਚ ਇਨ ਸ਼ਾ ਅੱਲਾ ਦੂਸਰੀ ਨੈਕਸਟ ਵੀਡੀਓ 'ਚ ਮਿਲਾਂਗੇ ਅਤੇ 112 ਚੈੱਕ ਸਟਾਰਟ ਕਰਾਂਗੇ।